ਸ਼੍ਰੀ ਦੁਰਗਿਆਣਾ ਕਮੇਟੀ ਵੱਲੋਂ ਨਵੇਂ ਲੰਗਰ ਭਵਨ ਦੀ ਉਸਾਰੀ ਕੀਤੀ ਗਈ ਹੈ। ਜਲਦ ਹੀ ਇਸ ਨੂੰ ਸੰਗਤਾਂ ਲਈ ਖੋਲ੍ਹਿਆ ਜਾ ਰਿਹਾ ਹੈ। ਮੰਗਲਵਾਰ ਨੂੰ ਕਮੇਟੀ ਦੇ ਪ੍ਰਧਾਨ ਰਮੇਸ਼ ਸ਼ਰਮਾ ਦੀ ਅਗਵਾਈ ਹੇਠ ਕੰਜਕ ਪੂਜਨ ਕੀਤਾ ਗਿਆ। ਜਨਰਲ ਸਕੱਤਰ ਅਰੁਣ ਖੰਨਾ, ਵਿੱਤ ਸਕੱਤਰ ਰਮੇਸ਼ ਸ਼ਰਮਾ, ਆਰ ਕੇ ਸ਼ਰਮਾ, ਕੌਂਸਲਰ ਪ੍ਰਦੀਪ ਸ਼ਰਮਾ, ਵਿੱਕੀ ਦੱਤਾ, ਯਸ਼ਪਾਲ ਸ਼ੋਰੀ, ਜੁਗਲ ਮਹਾਜਨ, ਨੰਦ ਲਾਲ ਸ਼ਰਮਾ ਵੀ ਮੌਜੂਦ ਸਨ। ਨਵਾਂ ਲੰਗਰ ਭਵਨ ਬਣਾਇਆ, ਉਹ ਲੰਗਰ ਭਵਨ ਜਿਹੜਾ 20 ਤੋਂ ਸਟਾਰਟ ਹੋਣਾ। ਅੱਜ ਮਹੂਰਤ ਦੇ ਹਿਸਾਬ ਨਾਲ ਕੰਜਕਾਂ ਬਿਠਾਈਆਂ ਗਈਆਂ ਔਰ ਪ੍ਰਭੂ ਦੇ ਚਰਨਾਂ ਦੇ ਵਿੱਚ ਪ੍ਰਸ਼ਾਦ ਅਰਪਣ ਕੀਤਾ ਗਿਆ। 20 ਤਰੀਕ ਤੋਂ ਇਹ ਲੰਗਰ ਭਵਨ ਸ਼ੁਰੂ ਹੋਏਗਾ, ਜਿਹਦਾ ਉਦਘਾਟਨ OP ਸੋਨੀ ਜੀ ਕਰੋਗੇ ਔਰ ਉਹਦੇ ਬਾਅਦ ਦੇ ਵਿੱਚ ਇਹ ਲੰਗਰ ਭਵਨ ਜਿਹੜਾ ਇਹ ਰੂਟੀਨ ਨਾਲ ਚੱਲ ਪਏਗਾ। ਇਹਦੇ ਵਿੱਚ ਘੱਟੋ ਘੱਟ 16 ਘੰਟੇ ਲੰਗਰ ਚੱਲੇਗਾ, ਜਿਹਦੇ ਵਿੱਚ 3 ਟਾਈਮਾਂ ਦਾ ਖਾਣਾ ਜਿਹੜਾ ਉਹ ਦਿੱਤਾ ਜਾਏਗਾ। ਸਵੇਰੇ ਚਾਹ ਦਿੱਤੀ ਜਾਏਗੀ, ਦੁਪਹਿਰ ਦਾ ਖਾਣਾ ਅਤੇ ਰਾਤ ਦਾ ਖਾਣਾ ਦਿੱਤਾ ਜਾਏਗਾ। ਇਹਦੇ ਵਿੱਚ ਦਾਲ, ਸਬਜ਼ੀ, ਫੁਲਕਾ, ਚਾਵਲ ਵਗੈਰਾ ਸਾਰਾ ਕੁਛ ਮੁਹੱਈਆ ਕਰਾਇਆ ਜਾਏਗਾ ਔਰ ਇਹਦੇ ਵਿੱਚ ਸਿਟਿੰਗ ਲੇਡੀਜ਼ ਅਤੇ ਜਿਹੜੇ ਓਲਡ ਮੈਨ ਨੇ ਉਹਨਾਂ ਦੇ ਵਾਸਤੇ ਸਿਟਿੰਗ ਵਾਸਤੇ ਚੇਅਰਸ ਜਿਹੜੀਆਂ ਉਹਦਾ ਹੀ ਪ੍ਰੋਵੀਜ਼ਨ ਕੀਤਾ ਜਾਏਗਾ ਅਤੇ ਜਵਾਨ ਮੁੰਡਿਆਂ ਦੇ ਵਾਸਤੇ ਜਿਹੜੇ ਨੇ ਉਹ ਥੱਲੇ ਟਾਟ ਵਿਛਾਏ ਜਾਣਗੇ ਔਰ ਇਹ ਸੈਲਫ ਸਰਵਿਸ ਦਾ ਸਿਸਟਮ ਹੋਏਗਾ। ਜਿਹੜੇ ਆਉਣਗੇ ਭਗਤ ਉਹ ਆਪੇ ਆਪਣਾ ਖਾਣਾ ਪਾਉਣਗੇ, ਲੇਕਿਨ ਇਹ ਉਹਨਾਂ ਨੂੰ ਬੰਦੇ ਖੜ੍ਹੇ ਹੋ ਕੇ ਨਾਲ ਨਾਲ ਕਹੀ ਜਾਣਗੇ ਵੀ ਵੇਸਟ ਨਾਲ ਖਾਣਾ ਕਰੋ, ਜਿੰਨਾ ਜਿੰਨਾ ਖਾਣਾ ਉਨਾ ਉਨਾ ਹੀ ਪਾਓ। ਇਸ ਤਰੀਕੇ ਨਾਲ ਇਹ ਸਾਰਾ ਸਿਸਟਮ ਚਲਾਇਆ ਜਾਏਗਾ ਔਰ ਹੌਲੀ ਹੌਲੀ ਕਰਕੇ ਇਹਦੀ ਕਪੈਸਿਟੀ ਅਤੇ ਇਹਦੀ ਕੁਆਲਿਟੀ ਵਧਾਈ ਜਾਏ।